ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਥੇ ਹੀ ਟਿਕਟੋਕ ਬਣਾਉਣ ਵਾਲਿਆਂ ਤੋਂ ਅਕਸਰ ਲੋਕ ਪਰੇਸ਼ਾਨ ਰਹਿੰਦੇ ਹਨ, ਕਿਉਂਕਿ ਅਕਸਰ ਉਹਨਾਂ ਦੇ ਇਲਜ਼ਾਮ ਲੱਗਦਾ ਰਹਿੰਦਾ ਹੈ ਕਿ ਉਹਨਾਂ ਨੇ ਸੋਸ਼ਲ ਮੀਡੀਆ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਉੱਥੇ ਹੀ ਇਸ ਦੇ ਉਲਟ ਟਿਕਟੋਕ ਤੋਂ ਮਸ਼ਹੂਰ ਹੋਏ ਮੁੱਖ ਮੰਤਰੀ ਉਰਫ ਧਰਮਪ੍ਰੀਤ ਦੇ ਲੱਖਾਂ ਲੋਕ ਹੀ ਫੈਨ ਹਨ, ਤੇ ਅੱਜ ਮੁੱਖ ਮੰਤਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਖਰੀ ਜਗ੍ਹਾ ਬਣਾ ਲਈ ਹੈ। ਆਏ ਦਿਨ ਮੁੱਖ ਮੰਤਰੀ ਦੀ ਨਵੀਂ ਵੀਡੀਓ ਹੀ ਵਾਇਰਲ ਹੁੰਦੀ ਆ ਰਹੀ ਹੈ। ਪਿਛਲੇ ਦਿਨ ਰਣਵੀਰ ਬਾੜ ਨੇ ਮੁੱਖ ਮੰਤਰੀ ਦੇ ਆਉਣ ਬਾਰੇ ਗਾਣੇ ਬਾਰੇ ਦੱਸਿਆ, ਜੋ ਵੀਡੀਓ ਕਿ ਕਾਫੀ ਵਾਇਰਲ ਹੋ ਰਹੀ ਹੈ। ਅਖੀਰ ਦੇਖਦੇ ਹਾਂ ਕੀ ਹੈ ਇਸ ਵੀਡੀਓ ਵਿੱਚ। ਪੂਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਸਕਰੀਨ ਤੇ ਮਿਲ ਸਕੇ। ਐਮੀ ਵੀਰੇ, ਐਮੀ ਵੀਰ ਦੇ ਮੁੱਖ ਮੰਤਰੀ ਦਾ ਗਾਣਾ ਆ ਰਿਹਾ ਡਿਊਟ, ਐਮੀ ਵੀਰ ਮੁੱਖ ਮੰਤਰੀ ਇਨ ਦੀ ਹਾਊਸ ਬੇਬੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਨਹੀਂ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਡਿਸਲਾਈਕ ਕਰਨਾ ਨਾ ਭੁੱਲਣਾ। ਇਸ ਦੇ ਨਾਲ ਹੀ ਹਰ ਤਰ੍ਹਾਂ ਦੀਆਂ ਅਪਡੇਟਸ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਮੋਬਾਈਲ ਸਕਰੀਨ ਤੇ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।